ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ। ਮੇਰੇ ਵੀਰੋ, ਅੱਜ ਫਿਰ ਸਿਰੇ ਦੇ ਟੂਰਨਾਮੈਂਟ ਹੋਣੇ ਆ, ਅੱਜ ਫਿਰ ਰੌਣਕਾਂ ਲੱਗਣੀਆਂ, ਅੱਜ ਸਿਰੇ ਦੇ ਸਨਮਾਨ, ਵੱਡੇ ਸਨਮਾਨ ਜਾਣੀ ਕਿ ਕੀਤੇ ਜਾਣੇ ਆ, ਉਹਨਾਂ ਬਾਰੇ ਵੀ ਦੱਸਾਂਗੇ। ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਨੀਚੇ ਲਾਲ ਜਿਹਾ ਕਲਰ ਹੁੰਦਾ, ਬਿਲਕੁਲ ਫਰੀ, ਉਹਨੂੰ ਹੀ ਨੱਪਣਾ, ਤੁਸੀਂ ਜ਼ਰੂਰ ਕਰਕੇ ਜਾਇਓ। ਸਾਰੇ ਭਰਾ, ਪਹਿਲਾ ਟੂਰਨਾਮੈਂਟ ਖੇੜੀ ਝਮੇੜੀ ਦੇ ਵਿੱਚ ਦੇਖਣ ਨੂੰ ਮਿਲਣਾ ਮੇਰੇ ਵੀਰੋ। ਅੱਜ ਓਪਨ ਦਾ ਟੂਰਨਾਮੈਂਟ ਆ ਇਹ, ਇੱਥੇ 71,000 ਰੁਪਏ ਪਹਿਲਾ ਇਨਾਮ ਅਤੇ ਦੂਜਾ ਇਨਾਮ 51,000 ਰੁਪਏ ਰੱਖਿਆ ਗਿਆ। ਸਿਰੇ ਦੇ ਖਿਡਾਰੀ ਤੁਹਾਨੂੰ ਇਸ ਮੇਲੇ 'ਤੇ ਦੇਖਣ ਨੂੰ ਮਿਲਣੇ ਆ, ਅਤੇ ਹਾਰੇ ਦਾ ਮੇਲਾ ਵੀ ਮੇਰੇ ਵੀਰੋ ਚਰਚਾ 'ਚ ਹੀ ਰਹਿੰਦਾ। ਜਦੋਂ ਕਰਾਉਂਦੇ ਆ ਤਾਂ ਕਮਾਲਾਂ ਹੀ ਹੁੰਦੀਆਂ, ਬੈਸਟਾਂ ਨੂੰ ਬੋਲਟ ਆ। ਇੱਥੇ 3 ਖਿਡਾਰੀ ਬਾਹਰੋਂ ਆ ਮੇਰੇ ਵੀਰੋ, 1,00,000 ਪਹਿਲਾ ਅਤੇ ਦੂਜਾ ਇਨਾਮ 75,000। ਅੱਜ ਇੱਥੇ ਬੋਲਟ ਖੀਰਾਂ ਵਾਲਾ, ਅੱਜ ਇੱਥੇ ਛਾਜੀ, ਅੱਜ ਇੱਥੇ ਟੌਪ ਦੇ ਮੱਲ ਪਹੁੰਚਣੇ ਆ। ਅੱਜ ਬੱਗਿਆਂ ਵਾਲਾ ਦੁੱਲਾ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ, ਅੱਜ ਦੁੱਲਾ ਇਸ ਕੱਪ 'ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ, ਕਿਉਂਕਿ ਇੱਕ ਦਿਨ ਪਹਿਲਾਂ ਬਾਕੀ ਗੱਲ ਕੀਤੀ ਅਸੀਂ ਵੀ ਇਹਨਾਂ ਨੇ ਪਹੁੰਚਣਾ ਅੱਜ ਸਿਰੇ ਦੇ ਖਿਡਾਰੀਆਂ ਨੇ। ਇਸ ਤੋਂ ਅੱਗੇ ਮੇਰੇ ਵੀਰੋ, ਅੱਜ ਤੁਹਾਨੂੰ ਅਗਲਾ ਟੂਰਨਾਮੈਂਟ ਪਨਵਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ, ਅੱਜ ਮੇਜਰ ਲੀਗ ਦਾ ਸਿਰੇ ਦਾ ਕਬੱਡੀ ਕੱਪ। ਜਿਸ ਕੱਪ 'ਤੇ ਮੇਰੇ ਵੀਰੋ ਅੱਜ ਚੋਟੀ ਚੋਟੀ ਦੇ ਖਿਡਾਰੀ ਤਾਂ ਖੇਡਣਾ ਹੀ ਆ, ਅਤੇ ਤੁਹਾਨੂੰ ਇੱਥੇ ਅੱਜ ਮੇਰੇ ਵੀਰੋ ਗੁਰਪ੍ਰੀਤ ਜੰਗੀਆਣੇ ਦਾ ਬੋਲਟ ਮੋਟਰਸਾਈਕਲ ਨਾਲ ਸਨਮਾਨ ਆ, ਜੱਗਾ ਜੰਡੀਆਂ ਮੇਰੇ ਵੀਰੋ ਕਬੱਡੀ ਦਾ ਕੋਚ ਭਗਵਾਨਪੁਰ ਮਾਝੇ ਦੀ ਟੀਮ ਦਾ, ਗੱਲ ਕਹੀਏ ਮੇਰੇ ਵੀਰੋ 855 ਟਰੈਕਟਰ ਦਿੱਤਾ ਜਾਣਾ ਭਰਾ ਨੂੰ, ਵੀਰ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਇਹ ਸਨਮਾਨ ਵੀ ਕਰਮਾਂ ਵਾਲਿਆਂ ਦੇ ਹੀ ਹੁੰਦੇ ਆ। ਅਤੇ ਵੀਰੋ ਇੱਥੇ ਤੁਹਾਨੂੰ ਗੱਜਣ ਡੇਰਾ ਬਾਬਾ ਨਾਨਕ ਵਾਲਾ ਟੌਪ ਦਾ ਰੇਡਰ ਆ ਮੁੰਡਾ, ਇਹ ਵੀ ਚਰਚਾ 'ਚ ਦਾ ਵਿਸ਼ਾ ਬਣਿਆ ਹੋਇਆ, ਇਸ ਵੀਰ ਦਾ ਵੀ ਵੱਡਾ ਸਨਮਾਨ ਅੱਜ ਕੀਤਾ ਜਾਣਾ। ਸਕਾਰਪੀਓ ਗੱਡੀ ਮਿਲਣੀ ਆ ਭਰਾ ਨੂੰ, ਬਾਕੀ ਮੇਰੇ ਵੀਰੋ ਇੱਥੇ ਮਿਲ ਕੇ ਹੋਣੀ ਆ 2,50,000 ਅਤੇ 2,00,000 ਪਹਿਲਾ ਅਤੇ ਦੂਜਾ ਇਨਾਮ ਆ, ਬੈਸਟਾਂ ਨੂੰ ਮੋਟਰਸਾਈਕਲ ਆ, ਦੁੱਗਾਂ ਵਾਲਾ ਖੁਸ਼ੀ ਵੀ ਸ਼ਾਹਕੋਟ ਲਾਈਨ 'ਚ ਅੱਜ ਇੱਥੇ ਖੇਡਣਾ, ਅੱਜ ਸੁਲਤਾਨ ਵੀ ਖੇਡੂਗਾ, ਅੱਜ ਦੋਦੇ ਵਾਲਾ ਵੀ ਪਹੁੰਚ ਰਿਹਾ, ਅਤੇ ਅੱਜ ਸੂਰੇ ਵਾਲੀਆ ਵੀ ਖੇਡਣਾ, ਅੱਜ ਕੁਲਵਿੰਦਰ ਧਰਮਪੁਰੇ ਵਾਲ ਨੇ ਵੀ ਕਮਾਲਾਂ ਕਰਨੀਆਂ, ਵੀ ਉਹ ਪਲੈਂਟੀ ਵਾਲੇ ਵੀ ਭਾਰੀ ਟੀਮ, ਅੱਜ ਲਗਭਗ ਉਹਨਾਂ ਦੇ ਵੀ ਕਾਫੀ ਪਲੇਅਰ ਖੇਡਣੇ ਆ, ਹੋ ਸਕਦਾ ਰੈਸਟ 'ਤੇ ਹੋਣ ਜ਼ਰੂਰ ਕੁਝ ਕੁ ਪਲੇਅਰ, ਬਾਕੀ ਤੁਹਾਨੂੰ ਅੱਜ ਸਰਾ ਦੇਖਣ ਨੂੰ ਮਿਲਣਾ, ਜੋ ਸਰਾ ਗੱਲਬਾਤ ਕਹਿੰਦੇ ਹੁੰਦੇ ਆ ਉਹ ਹੋਣੀ ਆ। NRI ਨਕੋਦਰ ਵਾਲੀ ਵੀ ਕੈਰੀ ਕਰਦੇ ਆ ਮੇਰੇ ਵੀਰੋ, ਹਾਕਮ ਵਾਲੀ ਆ ਜੇ ਖੇਡਿਆ ਤਾਂ ਇਸ ਮੇਲੇ 'ਤੇ ਤੁਹਾਨੂੰ ਦੇਖਣ ਨੂੰ ਮਿਲਣਾ ਭਗਵਾਨਪੁਰ ਦੀ ਟੀਮ 'ਚ। ਬਾਕੀ ਸੱਟ ਵੀ ਕਹੀ ਜਾ ਰਹੀ ਆ ਵੀ ਲੱਗ ਗਈ ਸੀਗੀ ਜੱਗੂ ਦੇ, ਸ਼ਾਇਦ ਤੁਹਾਨੂੰ ਜੇ ਖੇਡਿਆ ਤਾਂ ਇਸ ਮੇਲੇ 'ਤੇ ਹੀ ਉਸ ਭਰਾ ਦੀ ਵੀ ਖੇਡ ਦੇਖਣ ਨੂੰ ਮਿਲੂਗੀ ਤੁਹਾਨੂੰ। ਕੁਲਵੀਰ ਜਟਾਣੇ ਵਾਲਾ ਪਹੁੰਚ ਰਿਹਾ, ਡੱਗੋ ਵਾਲਾ ਵੀ ਅੱਜ ਕਮਾਲਾਂ ਕਰੂ ਇਸ ਮੇਲੇ 'ਤੇ, ਅੱਜ ਮਾਝੇ ਵਾਲੇ ਵੀ ਆ ਰਹੇ ਆ ਮਾਝੇ ਦੀ ਟੀਮ ਦੇ ਵਿੱਚ, ਗੁਰਦਾਸਪੁਰ ਲਾਇਨਸ ਵਰਗੀਆਂ ਇਸ ਮੇਲੇ 'ਤੇ ਅੱਜ ਸਿਰਾ ਹੋਣਾ, ਸੁਰ ਸਿੰਘੀਆ ਵੀ ਪਹੁੰਚ ਰਿਹਾ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ। ਲਾਈਕ ਵੀਡੀਓ ਨੂੰ ਜ਼ਰੂਰ ਕਰਿਓ, ਸ਼ੇਅਰ ਵੀ ਕਰ ਦਿਓ ਸਾਰੇ ਵੀਰਾਂ ਤਾਈਂ, ਕਬੱਡੀ ਵਾਲਿਆਂ ਤਾਈਂ, ਤਾਂ ਕਿ ਪਤਾ ਲੱਗ ਜਾਵੇ ਵੀ ਅੱਜ ਕਿੱਥੇ ਪੜਾਕੇ ਪੈਣੇ ਆ। ਧੰਨਵਾਦ।